ਪੋਜ਼ਿਟਿਵ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਪੰਜਾਬੀ ਲੋਕਤਾ ਰਾਤ ਤੇ ਸੱਭਿਆਚਾਰ ਨਾਲ ਸੰਬੰਧਿਤ ਵੀਡੀਓਜ਼ ਬਣਾ ਰਹੇ ਹਾਂ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਸਕਦੇ ਹੋ ਅੱਜ ਦੀ ਵੀਡੀਓ ਦਾ ਵਿਸ਼ਾ ਚਰਖਾ ਹੈ ਲੋਹੇ ਦੇ ਤੱਕਲੇ ਨੂੰ ਕਮਾ ਕੇ ਰੂਹ ਦੀ ਪੂਣੀ ਤੋਂ ਤਾਰ ਕੱਢਣ ਵਾਲੇ ਸੰਦ ਨੂੰ ਚਰਖਾ ਕਹਿੰਦੇ ਹਨ ਚਰਖੇ ਦੇ ਤੱਕਲੇ ਦਾ ਇੱਕੋ ਇੱਕ ਕੰਮ ਕਿਸੇ ਵਸਤੂ ਵਿੱਚੋਂ ਤਾਰ ਤੰਦ ਕੱਢਣਾ ਹੈ ਤੰਦਾਂ ਤੋਂ ਕੱਪੜਾ ਬਣਦਾ ਹੈ ਕੱਪੜੇ ਦੀ ਅਸੀਂ ਵੱਖ-ਵੱਖ ਟੰਗਾ ਨਾਲ ਵਰਤੋਂ ਕਰਦੇ ਹਾਂ ਚਰਖਾ ਬਣਾਉਣ ਲਈ ਪਹਿਲਾਂ ਇੱਕ ਮੋਟੀ ਲੱਕੜ ਦੀ ਫੱਟੀ ਲਈ ਜਾਂਦੀ ਹੈ ਇਸ ਫੱਟੀ ਨੂੰ ਕਾੜ ਕਹਿੰਦੇ ਹਨ ਕਾੜ ਦੇ ਦੋਨਾਂ ਸਿਰਿਆਂ ਤੇ ਲੰਮੀਆਂ ਫੱਟੀਆਂ ਫਿਟ ਕੀਤੀਆਂ ਜਾਂਦੀਆਂ ਹਨ ਇਹਨਾਂ ਫੱਟੀਆਂ ਨੂੰ ਫੱਲੜ ਕਹਿੰਦੇ ਹਨ ਛੋਟੇ ਫੱਲੜ ਵਿੱਚ ਤਿੰਨ ਗੋਲ ਗਲੀਆਂ ਕੱਡੀਆਂ ਹੁੰਦੀਆਂ ਹਨ ਜਿਸ ਵਿੱਚ ਖਰਾਦੀਆਂ ਹੋਈਆਂ ਤਿੰਨ ਗੁੱਡੀਆਂ ਫਿੱਟ ਕੀਤੀਆਂ ਜਾਂਦੀਆਂ ਹਨ ਸਾਈਡਾਂ ਦੀਆਂ ਗੁੱਡੀਆਂ ਦੇ ਵਿਚਾਲੇ ਛੋਟੀਆਂ ਜਿਹੀਆਂ ਗਲੀਆਂ ਕੱਡੀਆਂ ਹੁੰਦੀਆਂ ਹਨ ਇਨ੍ਹਾਂ ਗਲੀਆਂ ਵਿੱਚ ਮੁੰਜ ਦੀਆਂ ਗੁੰਦ ਕੇ ਜਾਂ ਚਮੜੇ ਦੀਆਂ ਬਣਾ ਕੇ ਚਰਮਖਾਂ ਪਾਈਆਂ ਜਾਂਦੀਆਂ ਹਨ ਸਾਈਡਾਂ ਦੀਆਂ ਦੋ ਗੁੱਡੀਆਂ ਅਤੇ ਇੱਕ ਵਿਚਕਾਰਲੀ ਗੁੱਡੀ ਹੁੰਦੀ ਹੈ ਵਿਚਕਾਰਲੀ ਗੁੱਡੀ ਦੇ ਵਿਚਾਲੇ ਲੰਬਾਈ ਵਿੱਚ ਇੱਕ ਲੰਮੀ ਗਲੀ ਕੱਢੀ ਹੁੰਦੀ ਹੈ ਜਿਸ ਵਿੱਚੋਂ ਦੀ ਮਾਲ ਚਲਦੀ ਹੈ ਕਾੜ ਦੇ ਦੂਸਰੇ ਸਿਰੇ ਬਾਲੇ بڑے ਫੱਲੜ ਦੇ ਦੋਵੇਂ ਕਿਨਾਰਿਆਂ ਦੇ ਨੇੜੇ ਤੋਂ ਗਲੀਆਂ ਕੱਡੀਆਂ ਜਾਂਦੀਆਂ ਹਨ ਜਿਸ ਵਿੱਚ ਖਰਾਦੇ ਹੋਏ ਮੁੰਨੇ ਫਿਟ ਕੀਤੇ ਜਾਂਦੇ ਹਨ ਇਨ੍ਹਾਂ ਮੁੰਨਿਆਂ ਦੇ ਵਿਚਾਲੇ ਛੋਟੀਆਂ ਜਿਹੀਆਂ ਗਲੀਆਂ ਹੁੰਦੀਆਂ ਹਨ ਫੇਰ ਪਤਲੀ ਲੱਕੜ ਦੇ ਫੱਟਿਆਂ ਨੂੰ ਦਿਲੇਦਾਰ ਜੋੜ ਕੇ ਗੋਲ ਆਕਾਰ ਦੇ ਦੋ ਪੁੜ ਬਣਾਏ ਜਾਂਦੇ ਹਨ ਚਰਖੇ ਦੇ ਇਨ੍ਹਾਂ ਪੁੜਾਂ ਦੇ ਬਾਹਰਲੇ ਪਾਸੇ ਵਿੱਚ ਪਿੱਤਣ ਦੀਆਂ ਪੱਤੀਆਂ ਲਾਈਆਂ ਹੁੰਦੀਆਂ ਹਨ ਇਨ੍ਹਾਂ ਪੱਤੀਆਂ ਵਿੱਚ ਪਿੱਤਰ ਦੇ ਕੋਕੇ ਲਾਏ ਹੁੰਦੇ ਹਨ ਇਨ੍ਹਾਂ ਦੋਵਾਂ ਪੁੜਾਂ ਦੇ ਵਿਚਾਲੇ ਇੱਕ ਮੋਟੀ ਗੋਲ ਲੱਕੜ ਰੱਖ ਕੇ ਇਹਨਾਂ ਨੂੰ ਮੇਖਾ ਨਾਂ ਆਪਸ ਵਿੱਚ ਜੋੜਿਆ ਜਾਂਦਾ ਹੈ ਇਸੇ ਗੋਲ ਲੱਕੜ ਨੂੰ ਮਝੇਰੂ ਕਹਿੰਦੇ ਹਨ ਮਝੇਰੂ ਦੇ ਵਿਚਾਲੇ ਵੀ ਗਲੀਆਂ ਕੱਢੀ ਹੁੰਦੀ ਹੈ ਪੁੜਾਂ ਦੇ ਕਿਨਾਰਿਆਂ ਤੇ ਆਰੇ ਨਾਲ ਤਿਰਛੇ ਦੰਦੇ ਕੱਢੇ ਹੁੰਦੇ ਹਨ ਇਨ੍ਹਾਂ ਦੰਦਿਆਂ ਵਿੱਚ ਸਣ ਦੀ ਰੱਸੀ ਕਰਾਸ ਬਣਾ ਕੇ ਪੁੜਾਂ ਦੀ ਸਾਰੀ ਗੁਲਾਈ ਉੱਪਰ ਫੇਰੀ ਜਾਂਦੀ ਹੈ ਇਸ ਰੱਸੀ ਨੂੰ ਕਸਣ ਕਹਿੰਦੇ ਹਨ ਕਸਣ ਪੌਣ ਨਾਲਪੂੜਾਂ ਦੀ ਗੁਲਾਈ ਉੱਪਰ ਕਸਣ ਦੇ ਡੱਬੇ ਜਿਹੇ ਬਣ ਜਾਂਦੇ ਹਨ ਦੋਵੇਂ ਮੁੰਨਿਆਂ ਦੇ ਵਿਚਾਲੇ ਫੇਰ ਮਝੇਰੂ ਤੇ ਫਿੱਟਕੀ ਤੇ ਪੁੜ ਰੱਖ ਕੇ ਉਹਨਾਂ ਦੇ ਵਿੱਚ ਕਾਰ ਰੱਖੀਆਂ ਗਲੀਆਂ ਵਿੱਚ ਦੀ ਲੋਹੇ ਦਾ ਇੱਕ ਚਾਰ ਸੂਤ ਮੋਟਾ ਸਰੀਆ ਪਾਇਆ ਜਾਂਦਾ ਹੈ ਇਸ ਸ਼ਰੀਏ ਨੂੰ ਗੁੱਜ ਕਹਿੰਦੇ ਹਨ ਇਸ ਗੁੱਜ ਦੇ ਇੱਕ ਪਾਸੇ ਲੱਕੜ ਦਾ ਖਰਾਦ ਕੇ ਹੱਥਾ ਲਾਇਆ ਹੁੰਦਾ ਹੈ ਇਸ ਹੱਥੇ ਨਾਲ ਹੀ ਚਰਖਾ ਚਲਾਇਆ ਜਾਂਦਾ ਹੈ ਛੋਟੇ ਪੱਲੜ ਦੀਆਂ ਗੁੱਡੀਆਂ ਵਿੱਚ ਲੱਗੀਆਂ ਚਰਮਖਾਂ ਦੀ 20-25 ਕੋ ਇੰਚ ਲੰਮਾ ਲੋਹੇ ਦੇ ਬ੍ਰੀਕ ਸਰੀਏ ਦਾ ਤਕਲਾ ਪਾਇਆ ਜਾਂਦਾ ਹੈ ਤਕਲੇ ਦਾ ਅਗਲਾ ਤੇ ਪਿਛਲਾ ਹਿੱਸਾ ਤਿੱਖਾ ਹੁੰਦਾ ਹੈ ਵਿਚਕਾਰੋਂ ਥੋੜਾ ਜਿਹਾ ਮੋਟਾ ਹੁੰਦਾ ਹੈ ਜਿੱਥੇ ਮਾਲ ਫਿਰਨ ਲਈ ਸੂਤ ਵਿਲੇਟਿਆ ਹੁੰਦਾ ਹੈ ਤਕਲੇ ਦੇ ਮੋਹਰਲੇ ਪਾਸੇ ਜਿੱਥੇ ਸੂਤ ਕੱਤ ਕੇ ਗਲੋਟਾ ਬਣਾਇਆ ਜਾਂਦਾ ਹੈ ਉਸ ਗਲੋਟੇ ਦੇ ਪਿਛਲੇ ਪਾਸੇ ਇੱਕ ਵਾਸਲ ਪਾਈ ਹੁੰਦੀ ਹੈ ਇਸ ਨੂੰ ਦਮਕੜਾ ਕਹਿੰਦੇ ਹਨ ਕਸਣ ਦੇ ਉੱਪਰ ਦੀ ਤੇ ਤਕਲੇ ਦੇ ਉੱਪਰ ਦੀ ਸੂਤ ਦਾ ਵੱਟ ਕੇ ਧਾਗਾ ਪਾਇਆ ਜਾਂਦਾ ਹੈ ਇਸ ਨੂੰ ਮਾਲ ਕਹਿੰਦੇ ਹਨ ਇਸ ਮਾਲ ਕਸਣ ਦੇ ਉੱਪਰ ਦੀ ਹੁੰਦੀ ਹੋਈ ਵਿਚਾਰੇ ਲੱਗੀ ਗੁੱਡੀ ਵਿੱਚ ਦੀ ਲੰਮੀ ਮੋਰੀ ਰੱਖੀ ਹੁੰਦੀ ਹੈ ਉਸ ਵਿੱਚੋਂ ਦੀ ਲੰਗਦੀ ਹੋਈ ਤਕਲੇ ਦੇ ਵਿਚਾਰੇ ਮੋٹے ਭਾਗ ਉੱਪਰ ਬਲੇਟੇ ਸੂਤ ਉਪਰੋਂ ਦੀ ਲੰਗਦੀ ਹੈ ਇਸ ਬਲੇਟੇ ਸੂਤ ਨੂੰ ਪਲੰਦ ਕਹਿੰਦੇ ਹਨ ਇਹ ਮਾਲ ਤੱਕਲੇ ਨੂੰ ਘਮਾਉਂਦੀ ਹੈ ਸੂਤ ਕੱਤਣ ਵਾਲੀ ਜਨਾਨੀ ਹੱਥੇ ਨੂੰ ਘਮਾਉਂਦੀ ਹੈ ਹੱਥਾ ਘਮਾਉਣ ਨਾਲ ਮਾਲ ਘੁੰਮਦੀ ਹੈ ਮਾਲ ਘੁੰਮਣ ਨਾਲ ਤੱਕਲਾ ਚੱਲਦਾ ਹੈ ਤੱਕਲੇ ਨਾਲ ਰੂੰ ਦੀ ਪੂਣੀ ਦਾ ਇੱਕ ਸਿਰਾ ਜੋੜ ਕੇ ਸੂਤ ਕੱਤਣਾ ਸ਼ੁਰੂ ਕੀਤਾ ਜਾਂਦਾ ਹੈ ਪੂਣੀਆਂ ਕੱਤ ਕੇ ਗਲੋਟਾ ਬਣਾਇਆ ਜਾਂਦਾ ਹੈ ਇਹ ਹੈ ਚਰਖੇ ਦੀ ਬਣਤਰ ਹੁਣ ਦੀ ਪੀੜ੍ਹੀ ਨਾ ਖੱਦਰ ਪਹਿਨਦੀ ਹੈ ਅਤੇ ਨਾ ਹੀ ਖੱਦਰ ਦੀਆਂ ਬਹੁਤੀਆਂ ਅਵਸਥਾਂ ਦੀ ਵਰਤੋਂ ਕਰਦੀ ਹੈ ਇਸ ਲਈ ਚਰਖੇ ਦੀ ਵਰਤੋਂ ਵੀ ਹੁਣ ਪਹਿਲਾਂ ਦੇ ਮੁਕਾਬਲੇ ਨਾ ਮਾਤਰ ਹੀ ਰਹਿ ਗਈ ਹੈ ਚਰਖੇ ਦੇ ਫੱਲੜ ਦੇ ਦੋਵੇਂ ਕਿਨਾਰਿਆਂ ਤੇ ਲੱਗੀਆਂ ਗੁੱਡੀਆਂ ਦੇ ਛੇਕਾਂ ਵਿੱਚ ਮੁੰਜ ਦੀਆਂ ਬਣਾਈਆਂ ਹੋਈਆਂ ਗੁੱਚੀਆਂ ਜਾਂ ਚਮੜੇ ਦੇ ਪਾਏ ਟੁਕੜਿਆਂ ਨੂੰ ਚਰਮਖਾਂ ਕਹਿੰਦੇ ਹਨ ਪਹਿਲਾਂ ਚਰਮਖਾਂ ਲੱਕੜ ਦੀਆਂ ਹੁੰਦੀਆਂ ਸਨ ਚਰਮਖਾਂ ਪਿਛਲੇ ਪਾਸੇ ਤੋਂ ਮੋਟੀਆਂ ਹੁੰਦੀਆਂ ਹਨ ਅਤੇ ਅਗਲੇ ਪਾਸੇ ਤੋਂ ਪਤਲੀਆਂ ਹੁੰਦੀਆਂ ਹਨ ਪਤਲੇ ਵਾਲੇ ਹਿੱਸੇ ਤੋਂ ਹੀ ਚਰਮਖਾਂ ਨੂੰ ਗੁੱਡੀਆਂ ਦੇ ਛੇਕਾਂ ਵਿੱਚ ਪਾਇਆ ਜਾਂਦਾ ਹੈ ਚਰਮਖਾਂ ਦੇ ਗੁੱਡੀਆਂ ਦੇ ਬਾਹਰ ਰਹੇ ਮੋٹے ਹਿੱਸਿਆਂ ਵਿੱਚ ਤਕਲੇ ਪਾਇਆ ਜਾਂਦਾ ਹੈ ਇਹ ਚਰਮਖਾਂ ਹੀ ਤਕਲੇ ਨੂੰ ਇਕਸਾਰ ਰੱਖਦੀਆਂ ਹਨ ਚਰਮਖਾਂ ਕਰਕੇ ਹੀ ਕੱਸਣ ਤਕਲੇ ਨੂੰ ਇਕਸਾਰ ਘਮਾਉਂਦੀ ਹੈ ਤਕਲੇ ਦੇ ਇੱਕਸਾਰ ਘੁੰਮਣ ਨਾਲ ਹੀ ਪੂਣੀ ਵਿੱਚੋਂ ਧਾਗਾ ਕੱਤਿਆ ਜਾਂਦਾ ਹੈ ਚਰਮਖਾਂ ਦੇ ਤਕਲੇ ਵਾਲੇ ਹਿੱਸੇ ਵਿੱਚ ਤੇਲ ਲਾਇਆ ਜਾਂਦਾ ਹੈ ਤਾਂ ਜੋ ਚਰਖਾ ਰਹਿਲਾ ਚੱਲੇ ਅੱਜਕੱਲ ਕੋਈ ਕੋਈ ਕੁੜੀ ਬੁੜੀ ਹੀ ਚਰਖਾ ਕੱਤਦੀ ਹੈ ਇਸ ਲਈ ਅੱਜ ਦੀ ਬਹੁਤੀ ਪੀੜ੍ਹੀ ਨੂੰ ਚਰਮਖਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਚਰਖਾ ਚੰਨਣ ਦਾ ਸ਼ਾਵਣੀ ਚਰਖਾ ਚੰਨਣ ਦਾ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੀ ਦੇ ਮੇਖਾਂ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਚਰਖੀ ਦੇ ਮੇਖਾਂ ਮਾਂ ਰਾਣੀ ਮੈਨੂੰ ਯਾਦ ਪਈ ਆਵੇ ਜਦ ਚਰਖੇ ਵੱਲ ਵੇਖਾਂ ਨੀ ਚਰਖਾ ਚੰਨਣ ਦਾ ਸ਼ਾਵਣ ਚਰਖਾ ਚੰਨਣ ਦਾ ਨੀਮ ਕੱਤਾਂ ਪਰੀ ਤਾਂ ਨਾਲ ਚਰਖਾ ਚੰਨਣ ਦਾ ਸ਼ਾਵਣ ਚਰਖਾ ਚੰਨਣ ਦਾ нас